ਸੋ ਸਾਨੂੰ ਮਾਣ ਆ ਜੀ ਸਿਮਰ ਦੇ ਉੱਤੇ ਔਰ ਬਹੁਤ ਖੂਬਸੂਰਤ ਗਾਣਾ ਆਇਆ ਔਰ ਟ੍ਰੈਂਡਿੰਗ ਦੇ ਵਿੱਚ ਆ ਔਰ ਗਾਣੇ ਨੇ ਕਮਾਲ ਕੀਤੀ ਹੋਈ ਆ ਔਰ ਸਿਮਰ ਨੇ ਵੀ ਕਮਾਲ ਕੀਤੀ ਹੋਈ ਆ ਥੈਂਕ ਯੂ ਸੋ ਮਚ ਥੈਂਕਸ ਅ ਲੋਟ ਕੀ ਹਾਲ ਚਾਲ ਨੇ ਕਿਵੇਂ ਹੋ ਤੁਸੀਂ ਬਹੁਤ ਵਧੀਆ ਮੈਂ ਜਿੱਦਾਂ ਤੁਸੀਂ ਛੱਡ ਕੇ ਗਏ ਸੀ ਆਮ ਗੁੱਡ ਆਮ ਹੈਪੀ ਔਰ ਨਵੇਂ ਨਵੇਂ ਪ੍ਰੋਜੈਕਟਸ ਚੱਲ ਰਹੇ ਹਨ ਔਰ ਕੁਲਚੇ ਛੋਲੇ ਮੂਵੀ ਆ ਰਹੀ ਹੈ ਜਿਹਦੇ ਵਿੱਚ ਮੇਰੇ ਐਜ਼ ਅ ਪਲੇਬੈਕ ਸਿੰਗਰ ਦੋ ਗਾਣੇ ਨੇ ਔਰ ਇੱਕ ਗਾਣਾ ਤੁਸੀਂ ਸੁਣੀ ਚੁੱਕੇ ਹੋ ਰੂਹ ਜਿਹਨੂੰ ਤੁਸੀਂ ਆਲਰੇਡੀ ਇਹਨਾਂ ਪਿਆਰ ਦੇ ਰਹੇ ਹੋ ਰੀਲਸ ਤੇ ਇਹਨਾਂ ਪਿਆਰ ਮਿਲ ਰਿਹਾ ਹੈ ਥੈਂਕ ਯੂ ਸੋ ਮਚ ਅੱਛਾ ਮਤਲਬ ਇੱਕ ਇਹਦੇ ਵਿੱਚ ਮਤਲਬ ਕਿੰਨੀ ਸਾਰੀਆਂ ਰੀਲਾਂ ਬਣੀਆਂ ਉਹਦੇ ਵਿੱਚ ਜੋ ਸਾਡੇ ਪੰਜਾਬੀ ਇੰਡਸਟਰੀ ਦੀਆਂ ਮਹਾਨ ਕਲਾਕਾਰਾਂ ਨੇ ਉਹਨਾਂ ਨੇ ਰੀਲ ਬਣਾਈ ਮਤਲਬ ਉਹ ਇੱਕ ਪਿਆਰ ਕਰਨ ਦਾ ਤਰੀਕਾ ਆ ਔਰ ਦਰਸ਼ਕਾਂ ਨੇ ਵੀ ਬਹੁਤ ਸਾਰੀਆਂ ਮਤਲਬ ਉਹਦੇ ਉੱਤੇ ਰੀਲ ਬਣਾਈਆਂ ਔਰ ਇਹ ਚੀਜ਼ ਮਤਲਬ ਕਿੰਨੀ ਖੁਸ਼ੀ ਦਿੰਦੀ ਤੁਹਾਨੂੰ ਇਹ ਚੀਜ਼ਾਂ देखो सच्ची दसा कि जिन्हां नूं असीं कार बैठ के देखती सी मैं है ना मूवीज़ देखती सी सोनम बाजवा हो गई है ना हीना खान हो गई ते तानिया सारे किन्ने अच्छे अच्छे कलाकार किन्ने हिमांशी खुराना किन्ने अच्छे किन्ने वधिया कलाकार ने जिन्हां ने रील्स बनाई है थैंक्स लॉर्ड कि तुसीं सीरियसली इन्ना प्यार दिता और वो गाना ना थोड़े दिल नूं कनैक्ट होया ਇਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਇਮੋਸ਼ਨਲ ਮੂਮੈਂਟ ਹੈਗੀ ਹੈ ਇਹ ਐਕਚੁਅਲ ਚ ਦੇਖੋ ਇਮੋਸ਼ਨਸ ਤਾਂ ਹੈ ਹੀ ਹੈ ਇਮੋਸ਼ਨਲ ਤਾਂ ਹੈ ਹੀ ਹੈ ਦੇਖੋ ਹੈ ਨਾ ਇਦਾਂ ਦਾ ਆਪਣੀ ਚੀਜ਼ ਜਦੋਂ ਦੇਖੋ ਖੁਸ਼ੀ ਦੇ ਵੀ ਕਾਂਸੂ ਹੁੰਦੇ ਨਾ ਖੁਸ਼ੀ ਦਾ ਉਹ ਮੈਂ ਇਦਾਂ ਨਹੀਂ ਹੁਣ ਮੈਂ ਰੋ ਕੇ ਦੱਸ ਸਕਦੀ ਹਾਂ ਬਟ ਐਕਚੁਅਲ ਚ ਮੈਂ ਬਹੁਤ ਖੁਸ਼ ਹਾਂ ਜੀ ਰਾਈਟ ਸੋ ਗਾਣਾ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਆ ਮੈਨੂੰ ਵੀ ਬਹੁਤ ਪਸੰਦ ਆ ਗਾਣਾ ਤੁਹਾਡਾ ਇੱਕ ਚੀਜ਼ ਲਈ ਮੈਂ ਨਾ ਬਹੁਤ ਐਕਸਾਈਟਿਡ ਹਾਂ ਹੋ ਸਕਦਾ ਕਿ ਤੁਸੀਂ ਉਹ ਚੀਜ਼ ਵੇਖੀ ਹੋਵੇ ਜੰਨਤ ਨੇ ਉਸ ਸੌਂਗ ਉੱਤੇ ਕਿਵੇਂ ਪਰਫਾਰਮ ਕੀਤਾ ਆ ਇਹ ਮੈਨੂੰ ਨਹੀਂ ਪਤਾ ਇਹ ਸ਼ਾਇਦ ਹੋ ਸਕਦਾ ਤੁਸੀਂ ਵੇਖਿਆ ਹੋਵੇ ਤਾਂ ਉਹ ਅਗਰ ਤੁਸੀਂ ਦੇਖਿਆ ਤਾਂ ਉਹ ਮਤਲਬ ਵੇਖ ਕੇ ਕਿੰਨੇ ਕੁ ਇਮੋਸ਼ਨਲ ਹੋਏ ਸੀ ਤੁਸੀਂ ਦੇਖੋ ਇੱਕ ਗਾਣਾ ਹੈ ਮੇਰਾ ਫਰਸਟ ਮੂਵੀ ਦਾ ਸੈਕਿੰਡ ਸੌਂਗ ਜਿਹੜਾ ਮੇਰਾ ਹੈਗਾ ਉਸ ਗਾਣੇ 'ਚ ਨਾ ਦਿਲਰਾਜ ਨੇ ਜਦੋਂ ਐਕਟ ਕੀਤਾ ਜੰਨਤ ਨੇ ਤਾਂ ਕੀਤਾ ਹੀ ਐਕਟ ਹੈ ਨਾ ਉੱਥੇ ਦਿਲਰਾਜ ਨੇ ਰੋਣਾ ਸੀ ਔਰ ਦਿਲਰਾਜ ਨੇ ਨਾ ਅੱਖਾਂ 'ਚ ਕੁਛ ਨਹੀਂ ਪਾਇਆ ਕੋਈ ਨਕਲੀ ਆਂਸੂ ਕੁਛ ਨਹੀਂ ਸੀਗਾ ਉਹ ਰੀਅਲ ਸੀਗਾ ਜਿਹੜਾ ਤੁਸੀਂ ਵੀਡੀਓ 'ਚ ਦੇਖੋਗੇ ਨਾ ਉਹ ਰੀਅਲ ਆਂਸੂ ਸੀਗੇ ਔਰ ਦੂਸਰਾ ਗਾਣਾ ਬਹੁਤ ਸੋਹਣਾ ਹੈ ਉਹ ਐਕਚੁਅਲ 'ਚ ਮੇਰੇ ਨਾ ਰੂਹ ਦੇ ਵੀ ਕਰੀਬ ਹੈ ਸੱਚੀ ਕਹਿ ਰਹੀ ਰੂਹ ਨਾਲੋਂ ਵੀ ਮਤਲਬ ਰੂਹ ਤਾਂ ਆਪਣੀ ਜਗ੍ਹਾ ਹੈ ਉਹ ਵੀ ਆਪਣੀ ਜਗ੍ਹਾ ਹੈ ਦੋਨੋਂ ਹੈ ਨਾ ਆਪਣੇ ਹੀ ਗਾਣੇ ਨੇ ਪਰ ਦੂਸਰਾ ਨਾ ਇਦਾਂ ਕਿ ਉਹ ਸੁਣ ਕੇ ਤਾਂ ਮੈਂ ਖੁਦ ਇਮੋਸ਼ਨਲ ਹੋ ਜਾਂਦੀ ਹਾਂ ਜੀ ਨਾ ਮਤਲਬ ਮੇਰੀ ਬਹੁਤ ਫੇਵਰੇਟ ਲਾਈਨ ਆ ਇੱਕ ਤਾਂ ਤੂੰ ਅੰਮੀ ਦਾ ਚੰਨਾ ਨਾ ਇਹ ਚੀਜ਼ ਨਾ ਲਾਈਨ ਖੂਬਸੂਰਤ ਵੀ ਬਹੁਤ ਆ ਦਿਲਰਾਜ ਨੇ ਬਹੁਤ ਕਮਾਲ ਲਿਖੀ ਆ ਔਰ ਜਦੋਂ ਤੁਸੀਂ ਗਾਣੇ ਹੋ ਉਹ ਹੋਰ ਜ਼ਿਆਦਾ ਖੂਬਸੂਰਤ ਲੱਗਣ ਲੱਗ ਜਾਂਦੀ ਆ ਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਤੂੰ ਅੰਮੀ ਦਾ ਚੰਨਾ ਹਾਏ ਇੱਕ ਤੂੰ ਅੰਮੀ ਦਾ ਚੰਨਾ ਦੂਜਾ ਮੇਰੀਆਂ ਅੱਖਾਂ ਦਾ ਤੂੰ ਤਾਰਾ ਲੈ ਵੇਖ ਲਾ ਮੈਂ ਸਾਹਮਣੇ ਖੜੀ ਜੀ ਭਰ ਕੇ ਤੂੰ ਵੇਖ ਲੈ ਵਿਆਰਾ ਵੇਖ ਕੇ ਤੂੰ ਪੱਗ ਬੰਨ ਲੈ ਅੱਖੀਆਂ ਚੋਂ ਸੁਨੱਖੀਆਂ ਯਾਰਾ ਵੇਖ ਕੇ ਤੂੰ ਪੱਗ ਬੰਨ ਲੈ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੁਲਾਕਾਤਾਂ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਹੁਣ ਮਿਊਜ਼ਿਕ ਚੱਲਣ ਲੱਗ ਪਿਆ ਗੱਲਾਂ ਹੋਰ ਵੀ ਬਹੁਤ ਸਾਰੀਆਂ ਸੀਗੀਆਂ ਸੋ ਅਖੀਰ ਦੇ ਵਿੱਚ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ ਆਡੀਅੰਸ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੂਵੀ ਦੇ ਨਾਲ ਨਾਲ ਮੇਰੇ ਸਿੰਗਲਸ ਵੀ ਗਾਣੇ ਆ ਰਹੇ ਨੇ ਜਿਹੜੇ ਤੁਸੀਂ ਤੁਹਾਡੇ ਲਈ ਸਰਪ੍ਰਾਈਜ਼ ਨੇ ਬਹੁਤ ਅੱਛੇ ਸਰਪ੍ਰਾਈਜ਼ ਨੇ ਅਤੇ ਮੈਂ ਖੁਦ ਵੀ ਐਕਟ ਕਰ ਰਹੀ ਹਾਂ ਹੁਣ ਔਰ ਥੈਂਕ ਯੂ ਸੋ ਮਚ ਤੁਸੀਂ ਇੰਨਾ ਸਪੋਰਟ ਦੇ ਰਹੇ ਹੋ ਔਰ ਮੂਵੀ ਕੁਲਚੇ ਛੋਲੇ 11 ਨਵੰਬਰ ਨੂੰ ਆ ਰਹੀ ਹੈ ਜ਼ਰੂਰ ਦੇਖਣ ਜਾਇਓ ਆਪਣੇ ਆਪਣੇ ਫੈਮਿਲੀ ਆਪਣੇ ਫਰੈਂਡਸ ਸਾਰਿਆਂ ਨਾਲ ਜਾਣਾ ਹੈ ਤੁਸੀਂ ਦੇਖਣ ਔਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ